Stepping stone Punjabi reader 6A, 2020 edition, Lesson 7, which Tuanu ji aaya nu. both interesting Sikh Cultural awareness hai what is the story behind your name? How would I describe myself? How would you, would others describe me? What does identity mean? How does my name relate to my identity? So, you're going to think about this because our names have a big impact on who we are. Learn to read these words and learn their meanings. So, let's say the words after me Chalak means glimpse, Shakshiyat, personality, Asar, effect, Nazar Aave is visible, can be seen. ਪਛਾਣ ਆਇਡੈਂਟੀ ਰਸਮ ਸੈਰੇਮੋਨੀ ਸਾਰੀ ਉਮਰ ਲਈ ਫੋਰ ਹਰ ਲਾਈਫ ਬਣ ਜਾਂਦੇ ਹਨ ਬਿਕਮ ਸ਼ਾਇਦ ਪਰ ਹੈਪਸ ਗੁਣਾ ਦੀ ਚਲਕ ਗਲਿੰਪਸ ਆਫ ਕੁਆਲਿਟies ਜੁੜੇ ਹੋਏ ਕਨੈਕਟਿਡ ਫੈਸਲਾ ਕਰਦੇ make a decision now listen to me and then you read yourself sikna bahut khaas hunde han special kyunki inna naama da koi na koi matlab hunda hai koi na koi meaning for the other jad kise bacche da janam hunda hai ta us de mata pita us da naam sochte han ਮਾਂ-ਬਾਪ ਦੇ ਵਿਚਾਰ ਬੱਚੇ ਦੇ ਨਾਮ ਨਾਲ ਜੁੜੇ ਹੁੰਦੇ ਹਨ ਉਹ ਸ਼ਾਇਦ ਆਪਣੇ ਬੱਚੇ ਵਿੱਚ ਕਿਸੇ ਗੁਣਾ ਦੀ ਚਲਕ ਦੇਖਦੇ ਹਨ ਤੇ ਨਾਮ ਰੱਖਣ ਦਾ ਫੈਸਲਾ ਕਰਦੇ ਹਨ ਸੋ ਦੇ ਥਿੰਕ देयर ਚਾਈਲਡ ਵਿਲ ਬੀ ਆਫ ਸਰਟਨ ਕਾਈਂਡ ਐਂਡ ਥੈਨ ਦੇ ਥਿੰਕ ਆਫ ਅ ਨੇਮ ਸਿੱਖ ਨਾਮ ਰੱਖਣ ਦੀ ਰਸਮ ਬਹੁਤ ਖਾਸ ਹੁੰਦੀ ਹੈ ਸਿੱਖ ਪਰਿਵਾਰ ਮਰਿਆਦਾ ਨਾਲ ਬੱਚੇ ਦਾ ਨਾਮ ਰੱਖਦੇ ਹਨ ਨਾਮ ਰੱਖਣ ਲਈ ਕੋਈ ਪੱਕੀ ਤਰੀਕ ਨਹੀਂ ਕਿਸੇ ਦਿਨ ਵੀ ਨਾ ਰੱਖ ਸਕਦੇ ਹਨ ਨਾਮ ਰੱਖਣ ਦੀ ਰਸਮ ਘਰ ਵਿੱਚ ਜਾਂ ਗੁਰਦੁਆਰੇ ਵਿੱਚ ਕੀਤੀ ਜਾਂਦੀ ਹੈ ਪਹਿਲਾਂ ਕੀਰਤਨ ਕੀਤਾ ਜਾਂਦਾ ਹੈ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਵਾਕ ਲਿਆ ਜਾਂਦਾ ਹੈ ਬੱਚੇ ਦਾ ਨਾਮ ਵਾਕ ਦੇ ਪਹਿਲੇ ਸ਼ਬਦ ਦੇ ਪਹਿਲੇ ਅੱਖਰ ਨਾਲ ਸ਼ੁਰੂ ਹੋਣਾ ਚਾਹੀਦਾ ਹੈ ਜੇ ਸ਼ਬਦ ਆਇਆ ਸਤਗੁਰ ਸਾਚਾ ਦਿਆ ਪੇਜ ਤਾਂ ਬੱਚੇ ਦਾ ਨਾਂ ਸ ਸੇ ਤੋਂ ਸ਼ੁਰੂ ਹੁੰਦਾ ਹੈ ਹਰ ਮੁੰਡੇ ਦੇ ਨਾਂ ਦੇ ਪਿੱਛੇ ਸਿੰਘ ਸ਼ਬਦ ਅਤੇ ਕੁੜੀ ਦੇ ਨਾਂ ਦੇ ਪਿੱਛੇ ਕੌਰ ਸ਼ਬਦ ਲਾਇਆ ਜਾਂਦਾ ਹੈ ਫਿਰ ਛੇ ਪੌੜੀਆਂ ਆਨੰਦ ਸਾਹਿਬ ਪੜਿਆ ਜਾਂਦਾ ਹੈ ਬੱਚੇ ਦੇ ਨਾਮ ਸਨਸਕਾਰ ਦੀ ਖੁਸ਼ੀ ਦੀ ਅਰਦਾਸ ਕੀਤੀ ਜਾਂਦੀ ਹੈ ਅਤੇ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਪਰਿਵਾਰ ਵਿੱਚ ਬਹੁਤ ਖੁਸ਼ੀ ਮਨਾਈ ਜਾਂਦੀ ਹੈ ਪਰਿਵਾਰ ਦੇ ਰਿਸ਼ਤੇਦਾਰ ਬੱਚੇ ਨੂੰ ਅਸੀਸਾਂ ਦਿੰਦੇ ਹਨ ਪੈਸੇ ਦਿੰਦੇ ਹਨ ਇਹਨਾਂ ਪੈਸਿਆਂ ਨੂੰ ਸ਼ਗਨ ਕਿਹਾ ਜਾਂਦਾ ਹੈ ਸਾਡੇ ਨਾਂਵਾਂ ਦਾ ਸਾਡੀ ਪਰਸਨੈਲਿਟੀ ਜਾਂ ਸ਼ਖਸੀਅਤ ਤੇ ਅਸਰ ਪੈਂਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕੰਮਾਂ ਵਿੱਚ ਸਾਡੇ ਨਾਂ ਦੀ ਚਲਕ ਨਜ਼ਰ ਆਵੇ ਸਾਡੇ ਨਾਂ ਸਾਰੀ ਉਮਰ ਲਈ ਸਾਡੀ ਪਛਾਣ ਬਣ ਜਾਂਦੇ ਹਨ ਸਿੱਖ ਨਾਵਾਂ ਦਾ ਮਤਲਬ ਸਿੱਖ ਨਾ ਦੋ ਛੋਟੇ ਨਾਵਾਂ ਦੇ ਬਣੇ ਹੋ ਸਕਦੇ ਹਨ ਹਰ ਨਾਂ ਦਾ ਕੋਈ ਮਤਲਬ ਹੁੰਦਾ ਹੈ ਹੇਠਾਂ ਲਿਖੇ ਨਾਂ ਅਤੇ ਉਹਨਾਂ ਦੇ ਮਤਲਬ ਯਾਦ ਕਰੋ ਸੋ ਦਿਸ 에세이 ਹੈਜ਼ 97 ਵਰਡਸ ਠੀਕ ਐਵਰੀਟ ਇਸ ਨਾਟ ਲੌਂਗ ਯੂ ਸ਼ੁੱਡ ਬੀ ਐਬਲ ਟੂ ਰੀਡ ਵਿਦੀਨ 2 ਮਿੰਟਸ Punjabi Nada hissa, meaning Dev means a god, Har, god, Indar, a god, king or queen, Jeet, victory, Sukh, happiness, Param, beloved, Ash, sky, heavens, jyoti, Jyot, ya Jyoti, light, Man, mind or heart, Pal, caretaker preet is love tej means energy or a divine energy actually guru means guru meet means friend okay i'm sure you have heard some of these names somvar kardakam you can do it in class if you have time prashna De uttar pure vaaka vich likho tuhada ki Na hai tuhade Na da ki matlab hai ਮੇਰਾ ਨਾਮ ਪੁਸ਼ਪਿੰਦਰ ਗੌਰ ਹੈ ਮੇਰੇ ਨਾਮ ਦਾ ਮਤਲਬ ਹੈ ਰੱਬ ਦੇ ਬਾਗ ਦਾ ਫੁੱਲ ਠੀਕ ਹੈ ਤੁਸੀਂ ਆਪਣੇ ਨਾਮ ਦਾ ਮਤਲਬ ਲਿਖੋਗੇ ਜੇ ਤੁਸੀਂ ਆਪਣਾ ਨਾਮ ਬਦਲ ਸਕੋ ਤਾਂ ਤੁਸੀਂ ਕੀ ਨਾਮ ਰੱਖਣਾ ਚਾਹੋਗੇ ਮੈਂ ਜੇ ਮੈਂ ਆਪਣਾ ਨਾਮ ਬਦਲ ਸਕਾਂ ਤਾਂ ਮੈਂ ਪੁਸ਼ਪਿੰਦਰ ਹੀ ਰੱਖਣਾ ਚਾਹਾਂਗੀ ਮੈਂ ਅਕਚੂਰ ਦੇ ਆਪਣਾ ਨਾਮ ਬਦਲਣਾ ਨਹੀਂ ਚਾਹਾਂਗੀ ਸਾਡੇ ਨਾਵਾਂ ਦਾ ਸਾਡੀ ਪਰਸਨੈਲਿਟੀ ਜਾਂ ਸ਼ਖਸੀਅਤ ਤੇ ਕਿਵੇਂ ਅਸਰ ਪੈਂਦਾ ਹੈ ਸਾਡੇ ਨਾਵਾਂ ਦਾ ਸਾਡੀ ਪਰਸਨੈਲਿਟੀ ਜਾਂ ਸ਼ਖਸੀਅਤ ਤੇ ਇਸ ਤਰ੍ਹਾਂ ਅਸਰ ਪੈਂਦਾ ਹੈ ਕਿ ਅਸੀਂ ਆਪਣੇ ਨਾਮ ਵਰਗੇ ਗੁਣ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਵਿੱਚ ਪਾਣ ਦੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਤੇ ਤੁਸੀਂ ਕੋਈ ਹੋਰ ਆਂਸਰ ਵੀ ਲਿਖ ਸਕਦੇ ਹੋ ਅਸੀਂ ਆਪਣੇ ਨਾਂ ਦੇ ਗੁਣਾ ਵਾਂਗੂ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਸਿੱਖ ਨਾਂ ਕਿਵੇਂ ਖਾਸ ਹੁੰਦੇ ਹਨ ਸਿੱਖ ਨਾਂ ਖਾਸ ਹੁੰਦੇ ਹਨ ਕਿਉਂਕਿ ਹਰ ਸਿੱਖ ਨਾਂ ਦਾ ਕੋਈ ਮਤਲਬ ਹੁੰਦਾ ਹੈ ਮੁੰਡੇ ਅਤੇ ਕੁੜੀਆਂ ਦੇ ਨਾਂ ਦੇ ਪਿੱਛੇ ਕਿਹੜੇ ਸ਼ਬਦ ਲਾਏ ਜਾਂਦੇ ਹਨ ਮੁੰਡੇ ਅਤੇ ਕੁੜੀਆਂ ਦੇ ਨਾਂ ਦੇ ਪਿੱਛੇ ਸਿੰਘ ਅਤੇ ਕੌਰ ਸ਼ਬਦ ਲਾਏ ਜਾਂਦੇ ਹਨ ਬੱਚੇ ਦਾ ਨਾਂ ਕਿਸ ਅੱਖਰ ਨਾਲ ਸ਼ੁਰੂ ਹੋਣਾ ਚਾਹੀਦਾ ਹੈ ਬੱਚੇ ਦਾ ਨਾਂ ਸ਼ਬਦ ਵਾਕ ਦੇ ਕਿਸੇ ਅੱਖਰ ਨਾਲ ਸ਼ੁਰੂ ਹੋਣਾ ਚਾਹੀਦਾ ਹੈ ਨੋ ਦੈਟਸ ਨਾਟ ਟru ਬੱਚੇ ਦਾ ਨਾਂ ਵਾਕ ਦੇ ਅਖੀਰਲੇ ਅੱਖਰ ਨਾਲ ਸ਼ੁਰੂ ਹੋਣਾ ਚਾਹੀਦਾ ਹੈ ਨੋ ਦੈਟਸ ਨਾਟ ਟru ਬੱਚੇ ਦਾ ਨਾਮ ਵਾਕ ਦੇ ਪਹਿਲੇ ਸ਼ਬਦ ਦੇ ਪਹਿਲੇ ਅੱਖਰ ਨਾਲ ਸ਼ੁਰੂ ਹੋਣਾ ਚਾਹੀਦਾ ਹੈ that is true ਇਹ ਵਾਕ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਅਨੁਵਾਦ ਕਰੋ ਇਹ ਰਸਮ ਘਰ ਜਾਂ ਗੁਰਦੁਆਰੇ ਕੀਤੀ ਜਾਂਦੀ ਹੈ this ceremony is done at home or in gurudwara ਬੱਚੇ ਦਾ ਨਾਮ ਵਾਕ ਦੇ ਪਹਿਲੇ ਸ਼ਬਦ ਦੇ ਪਹਿਲੇ ਅੱਖਰ ਨਾਲ ਸ਼ੁਰੂ ਹੋਣਾ ਚਾਹੀਦਾ ਹੈ ਦਾ ਚਾਈਲਡਸ ਨੇਮ ਸ਼ੁੱਡ ਬਿਗਿਨ ਵਿਦ ਦਾ ਫਰਸਟ ਲੈਟਰ ਆਫ ਦਾ ਫਰਸਟ ਸ਼ਬਦ ਮੰਗਲਵਾਰ ਕਰਦਾ ਕੰਮ ਇਥਾਂ ਲਿਖੇ ਵਾਕਾਂ ਦੇ ਹਿੱਸੇ ਆਪਸ ਵਿੱਚ ਜੋੜ ਕੇ ਪੂਰੇ ਵਾਕ ਬਣਾਓ ਸਾਡੇ ਨਾਵਾਂ ਦਾ ਸਾਡੀ ਪਰਸਨੈਲਿਟੀ ਜਾਂ ਸ਼ਖਸੀਅਤ ਤੇ ਵੀ ਅਸਰ ਪੈਂਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕੰਮਾਂ ਵਿੱਚ ਸਾਡੇ ਨਾਂ ਦੀ ਚਲਕ ਨਜ਼ਰ ਆਵੇ ਸਾਡੇ ਨਾਂ ਸਾਰੀ ਉਮਰ ਲਈ ਸਾਡੀ ਪਛਾਣ ਬਣ ਜਾਂਦੇ ਹਨ ਸਿੱਖ ਨਾਂ ਬਹੁਤ ਖਾਸ ਹੁੰਦੇ ਹਨ ਕਿਉਂਕਿ ਇਹਨਾਂ ਨਾਵਾਂ ਦਾ ਕੋਈ ਨਾ ਕੋਈ ਮਤਲਬ ਹੁੰਦਾ ਹੈ ਮੰਗਲਵਾਰ ਕਰਦਾ ਕਾਫੀ ਗੁਰਮੁਖੀ ਨੰਬਰਸ ਐਂਡ ਪੰਜਾਬੀ ਵਰਡਸ ਇਨ ਦ ਟੇਬਲ 131 जस्ट लाइक दिस एक सौ बत्ती एक सौ तेती एक सौ चौंती एक सौ पैंती एक सौ छत्तीस एक सौ सैंती एक सौ अठती एक सौ उनताली सौ चाली ठीक है बुधवार घर काम सिख नाव बारे एक समरी देखो सो यू विल टेल हाउ सिख आर स्पेशल ठीक है वीरवार ਸਿਕੰਕ ਸਿਕਨਾ ਦੇ ਛੋ ਦੋ ਛੋਟੇ ਨਾਵਾਂ ਦੇ ਬਣੇ ਹੁੰਦੇ ਹਨ ਹੇਠਾਂ ਨਾਵਾਂ ਦੇ ਹਿੱਸਿਆਂ ਨੂੰ ਉਹਨਾਂ ਦੇ ਮਤਲਬ ਨਾਲ ਜੋੜੋ ਸੋ ਯੂ ਨੋ ਥੀਸ ਵਰਡਸ ਯੂ ਨੋ ਥੀਸ मीनिंग्स ਯੂ ਵਿਲ ਕਨੈਕਟ ਥੈਮ ਦੇਵ ਇੰਦਰ ਮੀਨਸ ਅ ਗॉड ਰਾਈਟ ਸੋ ਯੂ ਡਰਾਈ ਲਾਈਨ ਫਰਮ ਹੇਅਰ ਟੂ ਥੇਰ ਫਾਲੋ ਇਨਸਟਰਕਸ਼ਨਸ ਟੂ ਕੰਪਲੀਟ ਏ ਟਾਸਕ ਆਜੇ ਕਾਰ ਜਾ ਕੇ ਇਹ ਪ੍ਰੋਜੈਕਟ ਕਰੋ ਸਾਰੇ ਰਿਸ਼ਤੇਦਾਰਾਂ ਦੇ ਨਾਮ ਲਿਖੋ ਆਪਣੇ ਮੰਮੀ ਡੈਡੀ ਜਾਂ ਹੋਰ ਕਿਸੇ ਰਿਸ਼ਤੇਦਾਰ ਕੋਲੋਂ ਉਹਨਾਂ ਦਾ ਨਾਮ ਪੁੱਛੋ ਫਿਰ ਉਹਨਾਂ ਕੋਲੋਂ ਉਹਨਾਂ ਦੇ ਨਾਮ ਦਾ ਮਤਲਬ ਪੁੱਛੋ ਉਹਨਾਂ ਨੂੰ ਇਹ ਵੀ ਪੁੱਛੋ ਕਿ ਉਹਨਾਂ ਨੂੰ ਆਪਣਾ ਨਾਮ ਕਿਉਂ ਪਸੰਦ ਹੈ ਹੇਠਾਂ ਲਿਖੇ ਪ੍ਰਸ਼ਨ ਵਰਤੋ ਸੋ ਯੂ ਆਰ ਗੋਇੰਟ ਟੂ ਇੰਟਰਵਿਊ ਟੁਡੇ ਠੀਕ ਹੈ ਹੇਅਰ ਆਰ ਦਾ ਕੁਐਸਚਨਸ ਵੀਰਵਾਰ ਜਾਂ ਸ਼ੁੱਕਰਵਾਰ ਯੂ ਕੈਨ ਡੂ ਐਨੀ ਡੇ ਯੂ ਵਾਂਟ ਟੂ ਟਾਈਮਰ ਸ਼ੁਰੂ ਕਰੋ ਇਹ ਲੇਖ ਦੁਬਾਰਾ ਪੜੋ ਕਿੰਨੇ ਮਿੰਟ ਲੱਗੇ ticket so this will help you read better this will help you write better and that's the idea of this class so thank you for working with me and i will see you in the next lesson until then